एक जबान सुन लिया कर, एक जबान यार मेरे को नहीं हो तुर जाता आप ले जा ताजी आवे के हो सुन लिया कर तेन कितनी बारी क्या वा आते गया वा तू ही थे वहां ओ डटास्टर किथे है ओ बैग च रखया वा मैं आहो बैग की करन रे आप काम नहीं उधर करन जाना तेरे को रोंदा सी बैग की को रखया उधर काम नहीं करन जाना किधर काम जाना घर जेडी मशीन उधर वेख के आनी है आहो हां जी कितना सी यार तेरा 10 साल हो गए मेनू 10 तो 11 साल ਵੀਰ ਤੂੰ ਵੀ ਬਹੁਤ ਤੇਰ ਬਾ ਹਾਂਜੀ ਹਾਂਜੀ ਵਧੀਆ ਬਹੁਤ ਅੱਛੀ ਗੱਲ ਆ ਬਹੁਤ ਅੱਛੀ ਗੱਲ ਹਾਂਜੀ ਮੈਨੂੰ ਵੀਰ ਦੇ ਸ਼ਗਿਰਦ ਹੋਣ ਤੇ ਕਿਹਾ ਹੀ ਬਾਤ ਹਾਂਜੀ ਮੈਂ ਪੂਰਾ ਏ ਟੂ ਜ਼ੈਡ ਕੰਮ ਕਰ ਲੈਣਾ ਸਾਰਾ ਖੋਲ ਲੈ ਖੋਲ ਹਾਂ ਮੇਰੀ ਜ਼ੁਬਾਨ ਤੇ ਯਕੀਨ ਨਹੀਂ ਤੁਹਾਨੂੰ ਜਦੋਂ ਮੈਂ ਕਹਿ ਰਿਹਾ ਮੈਂ ਖੋਲ ਲੈਣਾ ਹੁਣ ਤੁਸੀਂ ਉਧਰ ਪੱਕੇ ਦਾ ਮੈਨੂੰ ਕਿਹਾ ਹੁਣ ਤੁਸੀਂ ਤੂੰ ਆ ਖੋਲ ਜਿਹੜਾ ਮੈਂ ਤੇਰਾ 10 ਸਾਲ ਦਾ ਤਜਰਬਾ ਵੇਖਣਾ ਮੇਰਾ 11 12 ਸਾਲ ਦਾ ਮੇਰਾ ਤਜਰਬਾ ਹਾਂਜੀ ਮੈਂ ਪੂਰੇ 12 ਸਾਲ ਦਾ ਤਜਰਬਾ ਹਾਂਜੀ 12 ਸਾਲ ਦਾ ਵੈਰੀ ਗੁੱਡ ਤੂੰ ਮੈਨੂੰ ਸਿਰਫ ਇੰਨਾ ਦੱਸ ਹਾਂਜੀ ਇਹਨਾਂ ਚੋਂ ਨੈਗੇਟਿਵ ਤਾਰ ਕਿਹੜੀ ਹੈ ਤੇ ਪੋਜ਼ਿਟਿਵ ਕਿਹੜੀ ਹੈ ਆ ਨੀਲੀ ਹੈ ਜਿਹੜੀ ਪੋਜ਼ਿਟਿਵ ਹੈ ਇਹ ਪੋਜ਼ਿਟਿਵ ਆ ਲਾਲ ਹੈ ਜਿਹੜੀ ਇਹ ਨੈਗੇਟਿਵ ਹੈ ਹਾਂਜੀ ਇਸ਼ਾਰਾ ਜਦੋਂ ਲੱਗਦਾ ਵਾ ਲਾਲ ਜਦੋਂ ਚੱਲਦਾ ਬੰਦੇ ਖਲੋ ਨਹੀਂ ਜਾਂਦੇ ਆਹੋ ਤੇ ਜਦੋਂ ਨੀਲਾ ਚੱਲਦਾ ਹਾਂ ਉਦੋਂ ਚੱਲ ਜਾਂਦੇ ਇਹ ਮੈਂ ਤਜਰਬਾ ਕੀਤਾ ਇਹਦੇ ਨਾਲ ਤਜਰਬਾ ਤੇਰਾ ਕਾਦੇ ਜਾ ਹੈ ਕਿੱਥੋਂ ਸਿੱਖਿਆ ਸੀ ਆਲ ਰੌਂਡਰ ਮੇਰਾ ਤਜਰਬਾ ਕਿੱਥੋਂ ਸਿੱਖਿਆ ਕਿੱਥੋਂ ਕੰਮ ਮੈਂ ਪਹਿਲੇ ਮਿਸਤਰੀਆਂ ਦਾ ਕੰਮ ਕਰਦਾ ਰਿਹਾ ਹਾਂਜੀ 100-100 ਇੱਟ ਮੈਂ 10ਵੀਂ ਮੰਜ਼ਲ ਤੇ 8ਵੀਂ ਤੇ ਲੈ ਜਾਣਾ ਹੁਣ ਤੇ ਉਹਦਾ ਇਹਦੇ ਨਾਲ ਕੀ ਤਲਕ ਆ ਇਹ ਤੂੰ ਸਿੱਖਣਾ ਮੈਂ ਕੰਮ ਮੇਰੇ ਕੰਦਾ ਹੋਊਗੀਆਂ ਤੇ ਫਿਰ ਬਿਜਲੀ ਦਾ ਕੰਮ ਹੋਊਗਾ ਹਾਂਜੀ ਆਹੋ ਐਵੇਂ ਆ ਪੱਖਾ ਹੁਣ ਕਰਾਂਗੇ ਨਾ ਪੱਖਾ ਦੱਸ ਦਿਓ ਮੈਨੂੰ ਪੱਖਾ ਕਰ ਪੱਖਾ ਕਰਨਾ ਵਾ ਸ਼ਾਮ ਨੂੰ ਦੇਣਾ ਵਾ ਤੇ ਜਾਨੀ ਸਾਹਿਬ ਦਾ ਪੱਖਾ ਵਾ ਤੁਹਾਨੂੰ ਉਸਤਾਦ ਲੈ ਕੇ ਮੈਂ ਫਸ ਗਿਆ ਤੁਹਾਨੂੰ ਆ ਤੂੰ ਮੈਨੂੰ ਨਾ ਕਿਹਾ ਕਰ ਨਾ ਮੈਨੂੰ ਕਿਹਾ ਉਸਤਾਦ मेरे तो बुरा कोई नहीं होना ਕੇਵਲਾ ਮਾਰ ਤੇ ਦੁਪਹਿਰ ਦੀ ਰੋਟੀ ਲੈ ਕੇ ਕੱਲੇ ਹੀ ਖਾ ਗਿਆ हाफज कोल चल दे उन्हें कर देनी है जेड़ा है ही हाफज उन्हें की करना ओ यार वो कारीगर अच्छा ओ नहीं उस कारीगर को नहीं जाना जेड़ा मैं देखे उसको जाना ओ नहीं ਭਾਜੀ ਮੈਨੂੰ ਕਿਹਾ ਵਾ ਕਿ ਭਾਬੀ ਨੇ ਕਿਹਾ ਵਾ ਕਿ ਭਾਜੀ ਦੇ ਨਾਲ ਜਾਣਾ ਵਾ ਮਸ਼ੀਨ ਉਹਦੇ ਕੋ ਸਹੀ ਕਰਾਉਣੀ ਆ ਜਦ ਕੋ ਤੇਰਾ ਦਿਲ ਕਰੇ ਤੁਹਾਡੀ ਗੱਲ ਜ਼ਰਾ ਨਹੀਂ ਮੰਨ ਹੋਣੀ ਓ ਯਾਰ ਮੈਂ ਕਹਿੰਦਾ 4 ਪੈਸੇ ਬਚ ਜਾਣਗੇ ਕਿਤੇ ਹੋਰ ਲੱਗ ਜਾਣਗੇ ਹਾਫਜ਼ ਕੋਲ ਚੱਲਦੇ ਜਿਹੜੇ ਤੂੰ ਪੈਸੇ ਬਚਾਉਣੇ ਹੋ ਤਾਸ਼ ਤੇ ਨਿਕਲ ਜਾਣੇ ਆ ਤੇ ਜਿੱਤ ਕੇ ਡਬਲ ਹੋ ਗਏ ਚੱਲ ਮੈਂ ਨਹੀਂ ਜਿੱਤਣਾ ਮੈਂ ਉਹਦੇ ਕੋ ਲਿਆਣਾ ਜਦ ਕੋ ਮੈਂ ਤੈਨੂੰ ਕਹਿ ਲਿਆ ਚੱਲ ਬੈ ਬੈ ਬੈਣਾ ਕਿੱਥੇ ਤੋੜ ਕੇ ਜਾਣੀ ਯਾਰ ਬੈਣ ਨਹੀਂ ਹੁਣਾ ਇੱਥੇ ਯਾਰ ਮੇਰੇ ਕੋਲੋਂ ਨਹੀਂ ਉਹ ਤੁਰਿਆ ਜਾਂਦਾ ਆਪ ਲੈ ਜਾ ਲੈ ਜਾ ਆਪ ਹੀ ਮੇਰੇ ਕੋਲੋਂ ਨਹੀਂ ਉਹ ਭਾਈ ਤੁਰ ਕੇ ਜਾਇਆ ਜਾਣਾ
तेरा खप्पन भी अच्छी तो होना वा। चलो फिर चुक। हाफज कोल चल जाने ओए हाफज दा सो नालो आंदा बिजली वाला नहीं हुंदा। हाफज कोल चल जाने 150 रुपया बच जाना वा 50 तू ले ली। हाफज को नहीं जाना शाहद बिजली वाले को जाना वा। हाफज को तू अपने काम नु जाई किसे नु। हाफज कारीगर सही है एदा पता भी कोई नहीं है। शाहद बिजली वाला भी सही है यार हाफज नु नहीं नजर आंदा सही। हड मोटरसाइकिल मैं मारदा उनु आवाज की नाम आ शाहद। शाहद बिजली वाले एक मिनट सबर कर ला गड्डी काली होगी तो आप आ जाया करो ओ जा मशीन दबा जाके मशीन दबा जाके मैं नहीं दबानी। अच्छा हाँ तू इधर बैठ काउंटर पे मैं लवा के आ मैं लवा आ इधर दबा हो जाके लवा आ जा चबला मार दे यार। शाहद बिजली वाले आ गया आ वा ਚਾਰ ਕਿਥੇ ਆ ਓਏ ਨਾ ਠੀਕ ਕਰਨੀ ਛੱਡ ਦੇ ਪੜਿ ਹੋ ਜਾ ਵੀਰੇ ਤੂੰ ਟਾਰਜ਼ਨ ਆ ਛੱਡ ਦੇ ਸਾਰਾ ਕੁਝ ਛੱਡ ਦੇ ਫੜ ਲੈ ਫੜ ਲੈ ਨੂੰ ਆਹੋ ਹੱਥ ਵੱਡੇ ਆ ਤੇਰੇ ਲੈ ਇਹ ਘਰੋਂ ਚੁੱਕ ਕੇ ਲੈ ਮਸ਼ੀਨਾਂ ਤੁਹਾਡੇ ਕੋ ਚੁੱਕੀ ਨਹੀਂ ਆ ਰਹੀ ਦੋ ਕਿਹੜਾ ਚੋਰੀ ਚੁੱਕਣੀ ਆ ਲਿਆਏ ਕਿ ਤਾਂ ਤੁਸੀਂ ਮੈਨੂੰ ਦੱਸੋ ਜਾ ਕਿਸੇ ਦਾ ਉੜ ਕੇ ਲੈ ਕੇ ਆਏ ਘਰੋਂ ਤੇ ਮਿੰਟ 'ਚ ਚੁੱਕ ਲੈਣੇ ਫਰਿੱਜਾਂ ਵੀ ਮਸ਼ੀਨਾਂ ਵੀ ਚੁੱਕੋ ਇਹਨੂੰ ਚੁੱਕੋ ਚੁੱਕੋ ਉਹ ਚੁੱਕੋ ਇਹਨੂੰ ਓਏ ਸ਼ਾਹਦ लकड़ी के राम ने चुके ले जाने मशीन वा राम ने तुसी चुकदे नहीं हुण मैं कल्ला ही चुकी यार ने चुके अपने स्थान पे लाके चल पैसे नहीं ले भाई हाथ पा यार चलो यार चुको 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 यार पिछली गली च जान दे यार रखो थले रखो थले यार की रखो थले रखो यार थले रखो पिछे रह गया चुको भी ना मैं कला पिछे रह गई दुकान शिगिर्द रखिया तेरी दुकान छड़ के सीधा लंघ गया अखे मैं मशीन उथे ले जाने से जिथे मैं अपनी दुकान बनाउणी आ हाले गद्दार शाहद एदी ना तार हिल गई है एक ਉਹਨੂੰ ਇੰਜ ਫੜ ਕੇ ਲਾਓ ਨਾ ਹਾਰ ਨੂੰ ਤੇ ਚੱਲ ਪੈਂਦੀ ਮਸ਼ੀਨ ਠੀਕ ਆ ਉਹ ਹਿਲ ਜਾਂਦੀ ਆ ਤੇ ਬੰਦ ਹੋ ਜਾਂਦੀ ਉਹ ਵਿੱਚੋਂ ਉਹਦੇ ਕਨੈਕਸ਼ਨ ਦਾ ਰੋਲਾ ਉਹ ਤਾਰ ਹਿਲ ਗਈ ਇੱਕ ਬਣਾਇਰ ਜਾ ਵਿੱਚੋਂ ਆ ਮੁੰਡਿਆ ਲਾਲ ਫੜ 25 ਮਿੰਟੀ ਕੰਮ ਸਾਡਾ ਭਾਈ ਕਿੰਨਾ ਕੁ ਟਾਈਮ ਲੱਗ ਜੇਗਾ 5 ਤੋਂ 10 ਮਿੰਟ ਲੱਗਣਗੇ ਥੱਲੇ ਉਤਰ ਯਾਰ ਭਾਈ ਕਾਊਂਟਰ ਤੋਂ ਥੱਲੇ ਉਤਰ ਜਲਦੀ ਕਰੋ ਯਾਰ ਭਾਈ 25 ਮਿੰਟੀ ਦਾ ਕੰਮ ਹੈ ਟੈਂਟ ਮੁੰਡਿਆ ਲਾਲ ਫੜ ਤੈਨੂੰ ਕਹਿ ਰਿਹਾ ਲਾਲ ਫੜ ਤੇ ਕਪੂਰ ਹੋ ਗਿਆ ਤੇਰੀ ਭਰਜਾਈ ਦਾ ਆ ਗਿਆ ਹੈਲੋ ਜੀ ਬੇਗਮ जी बेगम जी 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 मैं जी आखा बेगम मैं लै इलेक्ट्रीशियन की दुकान से हो जाएगी सही मशीन शाम नू मैं मशीन के नाल ही आवा जी बेगम शाम नहीं भाई अद्धा घंटा लगना भाजी जी बेगम अरे आ की आ थोड़ी फड़ जरा थोड़ी तार भाजी इधर दी जांदी कि उधर दी इलेक्ट्रीशियन मैं आ के तुसी चलो करो शाम तक हो जाएगी भाजी अद्धा घंटा लगेगा तुसी कादी टेंशन लई है साडी जिम्मेदारी है चलो चुप तसलीना चेक करी बटन खोल
हेलो यार की है बेगम, मैनू पता तेरे जहेज की मशीन हो जाएगी ठीक, बड़ा वड्डा कारीगर मेरा सिर ना खा, मैं तेनू कह नहीं दिता हो जाएगी सही एवं मेरे नाल गल ना बता, मेरा दिमाग ना खराब कर, मैनू पता नहीं तेरे जहेज की मशीन जिम्मेदारी है आप घर घर लड़ी दी करता करो करो भाजी इन पुठा क्यों किया सिर्फ यह दस ये तार कटनी है तार थलो भी आई है चलो फिर ठीक है कर लें अपना शुरू कर लेना ही मुड़ के पता ही सामने नहीं काम होना साडे काम का सो ना बड़ा जी तार भाई मैं हूं ही पा दी 2000 मिनट मोटर की ला ला थलो तार मोटर की तार खोल थलो तार कितों दी पैनी आ किधर जानी आ ओ एक तार दा सोच लैणा तेनूं बिल्डिंग दी वायरिंग देती आ मैं करदा टेंशन ना लै इन्नी टेंशन थी घरों तैयार करा के लेणी कल्ली तार नहीं गी आ मोटर भी सही आ तार दा ही आ मसला मोटर सही आ हां जी मोटर ठीक है टेप पई सी घर बेचती डब्बे पे हो डेक दे Watch it!
ਪਾਣੀ ਲਿਆ ਅੱਛਾ ਜੀ ਪਾਣੀ ਲਿਆ ਪਾਣੀ ਲਿਆ ਆ ਗਿਆ ਪਾਣੀ ਪਾਣੀ ਆ ਗਿਆ ਪਾਣੀ ਪਾ ਦੇ ਪਾਣੀ ਪਾ ਪਾਣੀ ਪਾ ਬਾਹਰ ਆ ਜਾ ਬਾਹਰ ਆ ਤਬਾਕਾ ਨਾ ਮੁਝੇ ਕਿਤੇ ਬਾਹਰ ਆ ਜਾ ਅੱਗ ਲੱਗ ਗਈ ਆ सारे असी सामने फिर जहेज की मशीन मशीन अग कले पई ਵਾਪਸ